ਜਿਵੇਂ ਸ਼ੀਤਲ ਅੰਗਰਾਲ ਭਾਜਪਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਤਾਂ ਉਸ ਤੋਂ ਬਾਅਦ ਹੁਣ ਸ਼ੀਤਲ ਅੰਗਰਾਲ ਦੇ ਨਾਲ ਵੱਡੇ ਤੋਂ ਵੱਡੇ ਵਿਵਾਦ ਜੁੜਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਇੱਕ ਹੋਰ ਵਿਵਾਦ ਨੇ ਨਵਾਂ ਮੋੜ ਲੈ ਲਿਆ ਸੋ ਜਿੱਥੇ ਇੱਕ ਪਾਸੇ ਸਿਆਸੀ ਚਰਚਾਵਾਂ ਛੜੀਆਂ ਸੀ ਉੱਥੇ ਦੂਜੇ ਪਾਸੇ ਹੁਣ ਤੁਹਾਨੂੰ ਦੱਸ ਦੇ ਕਿ ਸ਼ੀਤਲ ਅੰਗਰਾਲ ਦੇ ਉੱਤੇ ਕੁਝ ਵੱਡੇ ਇਲਜ਼ਾਮ ਲੱਗ ਰਹੇ ਨੇ ਇਹ ਜੋ ਤਸਵੀਰਾਂ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਨੇ ਜੋ ਕਾਫੀ ਕੁਝ ਬਿਆਨ ਕਰਦੀਆਂ ਨੇ ਅਜਿਹਾ ਇਹ ਤਸਵੀਰਾਂ ਦਾਵਾ ਕਰਦੀਆਂ ਨੇ ਕਿ ਸ਼ੀਤਲ ਅੰਗਰਾਲ ਦੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਨੇ ਸੋ ਲਗਾਤਾਰ ਸ਼ੀਤਲ ਅੰਗਰਾਲ ਨੂੰ ਲੈ ਕੇ ਹਾਲ ਹੀ ਦੇ ਵਿੱਚ ਚਰਚਾਵਾਂ ਛਿੜੀਆਂ ਕਿ ਸ਼ੀਤਲ ਅੰਗਰਾਲ ਦੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਨੇ ਸੋ ਇਹ ਜਲੰਧਰ ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਨਵਾਂ ਮੋੜ ਕਿਹਾ ਜਾ ਸਕਦਾ ਹੈ ਸੋ ਸਵਾਲ ਸਭ ਤੋਂ ਪਹਿਲਾਂ ਇਹ ਉੱਠਦਾ ਹੈ ਕਿ ਕੀ ਸ਼ੀਤਲ ਅੰਗਰਾਲ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦੇ ਨਾਲ ਜੁੜੇ ਹੋਏ ਨੇ ਅਫੀਮ ਅੰਤਰਰਾਸ਼ਟਰੀ ਕੋਰੀਅਰ ਕੰਪਨੀਆਂ ਦੁਆਰਾ ਵਿਦੇਸ਼ ਭੇਜੀ ਜਾਂਦੀ ਸੀ ਇਸ ਗਿਰੋਹ ਦੇ ਵੱਲੋਂ ਜਿਸ ਗਿਰੋਹ ਦੇ ਮੁੱਖ ਸਰਗਨੇ ਦੇ ਨਾਲ ਸ਼ੀਤਲ ਅੰਗਰਾਲ ਦੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਸੋ ਜਲੰਧਰ ਦਾ ਮਨੀਸ਼ ਉਰਫ ਮਨੀ ਠਾਕੁਰ ਇਸ ਰੈਕਟ ਦਾ ਮੁੱਖ ਸਰਗਨਾ ਸੀ ਜੋ ਮਨੀਸ਼ ਠਾਕੁਰ ਹੈ ਉਹ ਜਿੱਥੇ ਇੱਕ ਪਾਸੇ ਇਸ ਪੂਰੇ ਰੈਕਟ ਦਾ ਮੁੱਖ ਸਰਗਨਾ ਦੱਸਿਆ ਗਿਆ ਉੱਥੇ ਦੂਜੇ ਪਾਸੇ ਮਨੀਸ਼ ਠਾਕੁਰ ਦੀਆਂ ਤਸਵੀਰਾਂ ਸ਼ੀਤਲ ਅੰਗਰਾਲ ਦੇ ਨਾਲ ਵਾਇਰਲ ਹੋ ਰਹੀਆਂ ਨੇ ਸੋ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰੀਏ ਤਾਂ ਬੀਤੇ ਦਿਨੀ ਸ਼ੀਤਲ ਅੰਗਰਾਲ ਦੇ ਵੱਲੋਂ ਭਾਜਪਾ ਪਾਰਟੀ ਜੁਆਇਨ ਕੀਤੀ ਗਈ ਤਾਂ ਉਸ ਤੋਂ ਬਾਅਦ ਹੁਣ ਜੋ ਤਸਵੀਰਾਂ ਨੇ ਅੱਜ ਇਹ ਤਸਵੀਰਾਂ ਵਾਇਰਲ ਹੋਈਆਂ ਨੇ ਜੋ ਕਾਫੀ ਕੁਝ ਬਿਆਨ ਕਰਦੀਆਂ ਨੇ ਮਨੀਸ਼ ਠਾਕੁਰ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਦੇ ਕਰੀਬੀ ਵੀ ਦੱਸੇ ਜਾ ਰਹੇ ਨੇ ਹਾਲਾਂਕਿ ਅਜਿਹਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨੀਸ਼ ਠਾਕੁਰ ਦੇ ਵੱਲੋਂ ਸ਼ੀਤਲ ਅੰਗਰਾਲ ਦੀਆਂ ਚੋਣਾਂ ਨੂੰ ਲੈ ਕੇ ਕੈਂਪੇਨ ਵੀ ਕੀਤੀ ਗਈ ਸੀ ਸੋ ਸਭ ਤੋਂ ਪਹਿਲਾਂ ਮਨੀਸ਼ ਠਾਕੁਰ ਕੌਣ ਹੈ ਇਸ ਦੀ ਜਾਣਕਾਰੀ ਦਿੰਦੇ ਹਾਂ ਜਿਸ ਦੇ ਵਿੱਚ ਪੁਲਿਸ ਨੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਹਾਲਾਂਕਿ ਇਸ ਪੂਰੀ ਗ੍ਰਿਫਤਾਰੀ ਇਹਦੇ ਵਿੱਚ ਜੋ ਮੁੱਖ ਸਰਗਨਾ ਹੈ ਉਹ ਮਨੀਸ਼ ਠਾਕੁਰ ਹੈ ਅਤੇ ਜੇਕਰ ਇਸ ਦੀ ਅੰਤਰਰਾਸ਼ਟਰੀ ਤਸਕਰੀ ਦੀ ਗੱਲ ਕਰੀਏ ਤਾਂ ਕੋਰੀਅਰ ਦੇ ਰਾਹੀਂ ਜੋ ਇਹ ਤਸਕਰੀ ਹੈ ਕੰਪਨੀਆਂ ਦੇ ਦੁਆਰਾ ਯੂਕੇ ਅਮਰੀਕਾ ਆਸਟ੍ਰੇਲੀਆ ਅਤੇ ਕੈਨੇਡਾ ਨੂੰ ਜੋ ਤਸਕਰੀ ਕੀਤੀ ਜਾਂਦੀ ਸੀ ਜੋ ਨਸ਼ੇ ਦਾ ਇਹ ਵਪਾਰ ਹੈ ਵੱਖ ਵੱਖ ਦੇਸ਼ਾਂ ਦੇ ਨਾਲ ਕੀਤਾ ਜਾਂਦਾ ਸੀ ਪਰ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕਟ ਦਾ ਕਿੰਗ ਪਿੰਨ ਮਨੀਸ਼ ਉਰਫ ਮਨੀ ਠਾਕੁਰ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਮਨੀਸ਼ ਠਾਕੁਰ 2021 ਦੇ ਵਿੱਚ ਇੰਗਲੈਂਡ ਗਿਆ ਸੀ ਜਿੱਥੋਂ ਉਸਨੇ ਇੰਟਰਨੈਸ਼ਨਲ ਡਰੱਗ ਕਾਰਟਲ ਨੈਟਵਰਕ ਦੀ ਸ਼ੁਰੂਆਤ ਕੀਤੀ ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਇਸ ਮਾਮਲੇ ਨੂੰ ਲੈ ਕੇ ਸ਼ੀਤਲ ਅੰਗਰਾਲ ਦੀਆਂ ਮਨੀਸ਼ ਠਾਕੁਰ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਅਤੇ ਇਹ ਜੋ ਤਸਵੀਰਾਂ ਨੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਸ਼ੀਤਲ ਅੰਗਰਾਲ ਦਾ ਜੋ ਭਰਾ ਹੈ ਉਹ ਵੀ ਇਸ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਸੋ ਕੁਝ ਤਸਵੀਰਾਂ ਦੇ ਵਿੱਚ ਮਨੀਸ਼ ਠਾਕੁਰ ਦੇ ਨਾਲ ਸ਼ੀਤਲ ਅੰਗਰਾਲ ਦਾ ਭਰਾ ਵੀ ਹੈ ਜਿਸ ਨੂੰ ਲੈ ਕੇ ਹੁਣ ਇਹ ਚਰਚਾਵਾਂ ਨੇ ਕਿ ਸ਼ੀਤਲ ਅੰਗਰਾਲ ਦੇ ਕੀ ਮਨੀਸ਼ ਠਾਕੁਰ ਦੇ ਨਾਲ ਵਧੀਆ ਸੰਬੰਧ ਨੇ ਜੇਕਰ ਵਧੀਆ ਸੰਬੰਧ ਨੇ ਤਾਂ ਫਿਰ ਇੱਕ ਨਸ਼ਾ ਤਸਕਰ ਦੇ ਨਾਲ ਜੋ ਸ਼ੀਤਲ ਅੰਗਰਾਲ ਨੇ ਉਸਦੇ ਸੰਬੰਧ ਕਿਵੇਂ ਨੇ ਇੱਕ ਅਜਿਹਾ ਸਿਆਸੀ ਨੇਤਾ ਜੋ ਕਿ ਚਰਚਾਵਾਂ ਦਾ ਵਿਸ਼ਾ ਰਿਹਾ ਹੈ ਤਾਂ ਉਸਦੀਆਂ ਜੋ ਤਸਵੀਰਾਂ ਨੇ ਕੁਝ ਨਸ਼ਾ ਤਸਕਰਾਂ ਦੇ ਨਾਲ ਖਾਸ ਤੌਰ ਦੇ ਉੱਤੇ ਜੋ ਮੁੱਖ ਸਰਗਨਾ ਹੈ ਉਸਦੇ ਨਾਲ ਤਸਵੀਰਾਂ ਵਾਇਰਲ ਹੋਣਾ ਇਸ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਕਿੰਨੀ ਕੁ ਇਸ ਪੂਰੇ ਮਾਮਲੇ ਨੂੰ ਲੈ ਕੇ ਸੱਚਾਈ ਹੈ ਜਿੰਨੀਆਂ ਕੁ ਚਰਚਾਵਾਂ ਛਿੜੀਆਂ ਨੇ ਸੂਤਰ ਜੋ ਕਹਿੰਦੇ ਨੇ ਕਿੰਨੀ ਕੁ ਇਹਨਾਂ ਦੇ ਪਿੱਛੇ ਸੱਚਾਈ ਹੈ ਇਸ ਨੂੰ ਲੈ ਕੇ ਫੈਕਟ ਨਿਊਜ਼ ਪੋਸਟਰੀ ਨਹੀਂ ਕਰਦਾ ਪਰ ਚਰਚਾਵਾਂ ਵੱਖਰੀਆਂ ਛਿੜ ਗਈਆਂ ਨੇ ਸੋ ਭਾਜਪਾ ਦੇ ਵਿੱਚ ਸ਼ਾਮਿਲ ਹੋਣਾ ਸ਼ੀਤਲ ਅੰਗਰਾਲ ਨੂੰ ਕਿਹਾ ਜਾ ਸਕਦਾ ਹੈ ਕਿ ਭਾਰੂ ਪੈ ਰਿਹਾ ਹਾਲਾਂਕਿ ਹੋਰ ਵੀ ਕਈ ਵੱਡੇ ਇਲਜ਼ਾਮ ਲੱਗੇ ਨੇ ਆਮ ਆਦਮੀ ਪਾਰਟੀ ਦੇ ਜੋ ਨਾਮੀ ਚਿਹਰੇ ਨੇ ਉਹਨਾਂ ਨੂੰ ਧਮਕਾਉਣ ਦੀਆਂ ਚਰਚਾਵਾਂ ਵੀ ਕਾਫੀ ਜ਼ਿਆਦਾ ਛਿੜੀਆਂ ਅਜਿਹੀ ਚਰਚਾ ਵੀ ਛਿੜੀ ਕਿ ਜੇਕਰ ਮੇਰੇ ਇਸ ਮਾਮਲੇ ਨੂੰ ਲੈ ਕੇ ਕੋਈ ਖੁਲਾਸੇ ਕੀਤੇ ਗਏ ਤਾਂ ਮੈਂ ਪਾਰਟੀ ਛੱਡ ਦੇਵਾਂਗਾ ਅਜਿਹੀਆਂ ਚਰਚਾਵਾਂ ਹੁਣ ਛਿੜਨੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਜਦ ਤੱਕ ਇਸ ਪੂਰੇ ਮਾਮਲੇ ਨੂੰ ਲੈ ਕੇ ਕੋਈ ਆਮ ਆਦਮੀ ਪਾਰਟੀ ਦਾ ਚਿਹਰਾ ਜਾਂ ਫਿਰ ਸ਼ੀਤਲ ਅੰਗਰਾਲ ਕੋਈ ਪੁਸ਼ਟੀ ਨਹੀਂ ਕਰਦੇ ਜਾਂ ਫਿਰ ਪੁਲਿਸ ਅਧਿਕਾਰੀ ਪੁਸ਼ਟੀ ਨਹੀਂ ਕਰਦੇ ਉਦੋਂ ਤੱਕ ਇਸ ਮਾਮਲੇ ਨੂੰ ਲੈ ਕੇ ਕੋਈ ਮੋਹਰ ਲਗਾਉਣਾ ਵਾਜਿਬ ਨਹੀਂ ਹੋਵੇਗਾ ਪਰ ਚਰਚਾਵਾਂ ਜ਼ਰੂਰ ਨੇ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਮੋੜ ਸਾਹਮਣੇ ਆਉਂਦਾ ਹੈ ਤਾਂ ਤੁਹਾਡੇ ਨਾਲ ਤੁਸੀਂ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਉਸ ਲਈ ਜੁੜੇ ਰਹੋ ਫੈਕਟ ਨਿਊਜ਼ ਦੇ ਨਾਲ ਧੰਨਵਾਦ।